संयुक्त किसान मोर्चे वालों बीते दिन 26 तरीक नूं भारत बंद का ऐलान किया गया सी, जिसकी तहत अज समुचिया किसान जथेबंदियों वालों भारत बंद नूं लैके प्रदर्शन किए जा रहे। तस्वीरां तुहानूं अमृतसर के गोल्डन गेट दीआं देख सकते हो, तुसीं वड्डी गिणती विच अज किसान मौजूद ने। सो तुसीं वेख सकदे हो तस्वीरां, किसान मजदूर संघर्ष कमेटी वालों अज गोल्डन गेट ते जो रस्ता आ हाईवे जो अमृतसर तो जलंधर में जा रहा उसको बंद करके प्रदर्शन किया जा रहा। सो जिथे पिछले लंबे समय तो खेती कानूनों के खिलाफ किसान जथेबंदियां प्रदर्शन कर रही ने, उत्थे ही अज गोल्डन गेट पर जोड़ा आ वो प्रोटेस्ट किया जा रहा। तस्वीर तुम अमृतसर के गोल्डन गेट देख सकते हो। सो साडे नाल किसान मजदूर संघर्ष कमेटी के आगू गुरबचन सिंह जी चब्बा ने, चब्बा साहब अज जो तुहाडे वल्लों प्रोटेस्ट किया जा रहा की मुद्दा जी? असीं किसान मजदूर संघर्ष कमेटी पंजाब की अगवाई दे जो भारत बंद जिहड़ी आ काल आई सी जो केंद्र वालों पास किए तीन खेती कानूनों के खिलाफ सी उहनू लागू करन वास्ते असीं पूरी तरह जथेबंदी वालों अमृतसर के गोल्डन गेट दिल्ली रेल मुख मार्ग वल्ला फाटक समेत ते बाकी जिहड़ियां थावां ते अमृतसर दे विच पूरी तरह रेल ते सड़की 88 थावां ते जिहड़ी आ जाम कीती आ, ते पूरे पंजाब दे 12 जिलों दे विच असीं 165 थावां ते रेल सड़की आवाजाई जाम करके भारत बंद नूं पूरी तरह सफल करन दे विच अपना योगदान पाया। क्योंकि यह बंद जिहड़ा वा केंद्र सरकार वालों खेती कानून जिहड़े पास किए तीन काले उन्हां नूं रद्द करवाउण वास्ते आई सी, इस करके लगातार असीं इन्हां नूं लागू जिहड़ा वा कर रहे हैं ते इन्हां नूं रद्द कीतिआं बगैर जिहड़ा अंदोलन जिहड़ा वा समाप्त नहीं होणा। क्योंकि केंद्र दी मोदी सरकार लगातार कारपोरेट घराणियां नूं साडे उत्ते जिहड़ा वा काबज करा के सानूं उन्हां दे गुलाम करवाउणा चाहुंदी आ, साडी किसानी जिहड़ी खत्म करनी चाहुंदी आ, साडीआं जमीनां हड़पना चाहुंदी आ, साडे देश दे आम लोकां दा जिहड़ा वा किता तबाह करना चाहुंदी आ। ਇਹ ਹਰੇਕ ਵਰਗ ਜਿਹੜਾ ਇਹਨਾਂ ਕਾਲੇ ਕਾਨੂੰਨਾਂ ਤੋਂ ਪ੍ਰਭਾਵਿਤ ਹੋਊਗਾ, ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਦਾ ਲਗਾਤਾਰ ਜਿਹੜਾ ਵਾ ਵਿਰੋਧ ਕਰ ਰਹੇ ਹਾਂ ਅਤੇ ਕਰਦੇ ਰਵਾਂਗੇ। ਦਿੱਲੀ ਦੇ ਬਾਰਡਰਾਂ ਦੇ ਉੱਤੇ ਜਿਹੜਾ ਸਾਡਾ ਅੰਦੋਲਨ ਹੈ ਜੇ 121ਵੇਂ ਦਿਨ ਦੇ ਵਿੱਚ ਜਿਹੜਾ ਵਾ ਉਹ ਪ੍ਰਵੇਸ਼ ਕਰ ਚੁੱਕਾ ਅਤੇ ਲਗਾਤਾਰ ਅੱਗੇ ਜਿਹੜਾ ਵਾ ਵਧੂਗਾ। ਅਸੀਂ ਸਰਦੀ ਦੇ ਮੌਸਮ ਦੇ ਨੂੰ ਵੀ ਜਿਹੜਾ ਆਪਣੇ ਪਿੰਡੇ ਦੇ ਹੰਡਾਇਆ ਅਤੇ ਆਹ ਹੁਣ ਗਰਮੀ ਦੇ ਮੌਸਮ ਵੇਖਦੇ ਪੂਰੇ ਪ੍ਰਬੰਧ ਜਿਹੜੇ ਅਸੀਂ ਉੱਥੇ ਵੀ ਕਰ ਲਿਆ ਅਤੇ ਲਗਾਤਾਰ ਸੰਘਰਸ਼ ਨੂੰ ਜਿਹੜਾ ਅੱਗੇ ਲਿਜਾਵਾਂਗੇ, ਤਿੱਖੇ ਤੋਂ ਤਿੱਖਾ ਜਿਹੜਾ ਸੰਘਰਸ਼ ਕਰਾਂਗੇ। ਅੱਜ ਵਾਲੇ ਭਾਰਤ ਬੰਦ ਦੇ ਨਾਲ ਵੀ ਮੋਦੀ ਸਰਕਾਰ ਨੂੰ ਜਿਹੜਾ ਵਾ ਇਹ ਸੋਚਣ ਵਾਸਤੇ ਮਜਬੂਰ ਹੋਵੇ, ਦੇਸ਼ ਦੇ ਲੋਕ ਇਕਮੁੱਟ ਹੋ ਕੇ ਪੂਰੀ ਤਰ੍ਹਾਂ ਭਾਰਤ ਬੰਦ ਕਰਕੇ ਅਤੇ ਮੋਦੀ ਸਰਕਾਰ ਦੇ ਖਿਲਾਫ਼ ਜਿਹੜਾ ਵਾ ਏਕਤਾ ਦਾ ਜਿਹੜਾ ਸਬੂਤ ਦੇ ਰਿਹਾ, ਇਹ ਕਾਨੂੰਨਾਂ ਨੂੰ ਜਿਹੜਾ ਉਹਨਾਂ ਨੂੰ ਰੱਦ ਕਰਨ ਵਾਸਤੇ ਸੋਚਣਾ ਪਊਗਾ। ਚੱਬਰ ਸਾਹਿਬ, 12 ਮੀਟਿੰਗਾਂ ਹੋ ਗਈਆਂ, ਇਸ ਤੋਂ ਪਹਿਲਾਂ ਵੀ ਤੁਸੀਂ ਕਈ ਵਾਰ ਭਾਰਤ ਬੰਦ ਦਾ ਸੱਦਾ ਦੇ ਚੁੱਕੇ ਹੋ, ਭਾਰਤ ਬੰਦ ਹੋਇਆ ਵੀ, ਪਰ ਲੋਕਾਂ ਨੂੰ ਨੁਕਸਾਨ ਹੋ ਰਿਹਾ, ਲੋਕਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ, ਆਮ ਲੋਕਾਂ ਦਾ ਕਹਿਣਾ ਕਿ ਸਾਡਾ ਨੁਕਸਾਨ ਹੋ ਰਿਹਾ ਇਹਦੇ ਵਿੱਚ? ਵੇਖੋ ਜੀ, ਇਸ ਬੰਦ ਨੂੰ ਜਿਹੜਾ ਵਾ ਹਰੇਕ ਵਰਗ, ਚਾਹੇ ਉਹ ਦੁਕਾਨਦਾਰ ਆ, ਚਾਹੇ ਵਪਾਰੀ ਆ, ਚਾਹੇ ਕੋਈ ਵੀ ਕਾਰੋਬਾਰੀ ਆ, ਇਸ ਨੂੰ ਸਮਰਥਨ ਦੇ ਰਿਹਾ ਵਾ। ਕਿਉਂਕਿ ਅੱਜ ਇੱਕ ਦਿਨ ਦੇ ਨੁਕਸਾਨ ਦੇ ਨਾਲ ਕੋਈ ਬਹੁਤਾ ਨੁਕਸਾਨ ਹੋਣ ਵਾਲਾ ਨਹੀਂ, ਇਹ ਜੋ ਸਦਾ ਦੇ ਗਾਂ ਜਿਵੇਂ ਕਾਰਪੋਰੇਟ ਸਾਡੇ ਮੰਡੀ ਦੇ ਬਾਜ਼ਾਰ 'ਤੇ ਕਾਬਜ ਹੋ ਗਏ, ਨਾ ਇਹ ਦੁਕਾਨਾਂ ਰਹਿਣੀਆਂ, ਨਾ ਇਹ ਕਾਰੋਬਾਰ ਰਹਿਣੇ ਆ, ਨਾ ਇਹ ਕੋਈ ਰੇਹੜੀ ਫੜੀ ਵਾਲਾ ਬਚਣਾ। ਕਿਉਂਕਿ ਵੱਡੇ ਵੱਡੇ ਮਲਟੀਨੈਸ਼ਨਲ ਕੰਪਨੀਆਂ ਨੇ ਆਪਣੇ ਮਾਲ 'ਚ ਖੋਲ੍ਹ ਕੇ ਉਹਨਾਂ ਵਿੱਚੋਂ ਸਾਰਾ ਸਮਾਨ ਵੇਚਣਾ, ਆਉਣ ਵਾਲੇ ਸਮੇਂ ਨੂੰ ਤਬਾਹੀ ਨੂੰ ਵੇਖਦਿਆਂ ਅਸੀਂ ਜਿਹੜਾ ਵਾ ਇਹ ਲਾਗੂ ਕਰ ਰਹੇ ਕੱਲ੍ਹਾਂ। ਕਿਉਂਕਿ ਇਹਨਾਂ ਦੇ ਆਪਣੇ ਹਿੱਤਾਂ ਦੀ ਖਾਤਰ ਇਹਨਾਂ ਕਾਰੋਬਾਰੀਆਂ ਦੁਕਾਨਦਾਰੀਆਂ ਨੂੰ ਬਚਾਉਣ ਵਾਸਤੇ ਇਹ ਜਿਹੜੇ ਅੰਦੋਲਨ ਚੱਲ ਰਹੇ ਆ, ਨਹੀਂ ਤਾਂ ਕਿਉਂਕਿ ਕਾਲੇ ਕਾਨੂੰਨ ਜਿਹੜੇ ਆ ਇਹਦੇ ਨਾਲ ਪੂਰੀ ਤਰ੍ਹਾਂ ਕਿਸਾਨ ਆਮ ਵਰਗ ਜੋ ਦੋ ਵਕਤ ਦੀ ਰੋਟੀ ਵਿਅਕਤੀ ਖਾ ਕੇ ਸੌਂਦਾ ਉਹਨੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਾ। ਇਸ ਕਰਕੇ ਇੱਕ ਦਿਨ ਦਾ ਨੁਕਸਾਨ ਨਹੀਂ, ਆਪਾਂ ਆਉਣ ਵਾਲੇ ਸਮੇਂ ਨੂੰ ਜਿਹੜਾ ਵੇਖ ਕੇ ਅਤੇ ਆਪਾਂ ਇਸ ਗੁਲਾਮੀ ਤੋਂ ਬਚਣ ਵਾਸਤੇ ਆਪਾਂ ਇਹ ਕਾਰੋਬਾਰ ਬਚਾਉਣ ਵਾਸਤੇ ਜਿਹੜਾ ਵਾ ਇਹੋ ਜਿਹੇ ਅੰਦੋਲਨ ਕਰ ਰਹੇ। ਤੁਸੀਂ ਕੀ ਮੰਨਦੇ ਹੋ ਭਾਰਤ ਬੰਦ ਨਾਲ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਕੋਈ ਅਸਰ ਪਊਗਾ? ਬਿਲਕੁਲ ਉਹ ਜੀ, ਪੈਂਦਾ ਪਹਿਲਾਂ ਵੀ ਪਿਆ ਵਾ, ਹੁਣ ਵੀ ਗਾਂ ਪਊਗਾ। ਤੁਸੀਂ ਵੇਖੋਗੇ ਪਿਛਲੇ ਜਿਹੜਾ ਵਾ ਇਸ ਸੰਘਰਸ਼ਾਂ ਦੇ ਨਾਲ ਲਗਾਤਾਰ ਮੋਦੀ ਸਰਕਾਰ ਜਿਹੜੀ ਆ ਬੈਕਫੁੱਟ 'ਤੇ ਗਈ ਆ। ਹੁਣ ਜਿਹੜਾ ਇਹ ਕਿਸਾਨਾਂ ਦੇ ਅੰਦੋਲਨ ਦੇ ਖਿਲਾਫ਼ ਜਿਹੜਾ ਵਾ ਬਿਆਨਬਾਜ਼ੀ ਬੇਤੁਕੀ ਕਰਦੇ ਸੀਗੇ ਉਹਨੂੰ ਤੋਂ ਜਿਹੜਾ ਵਾ ਚੁੱਪ ਵੱਟ ਕੇ ਆਪਣਾ ਮੂੰਹ ਬੰਦ ਕਰਕੇ ਪਿੱਛੇ ਹੋ ਕੇ ਬੈਠੇ ਆ, ਅਤੇ ਅਖੀਰ ਮੂੰਹ ਖੋਲ੍ਹ ਕੇ ਅਤੇ ਮੋਦੀ ਸਾਹਿਬ ਨੂੰ ਜਿਹੜਾ ਇਹਨਾਂ ਕਾਨੂੰਨਾਂ 'ਤੇ ਗੱਲ ਕਰਕੇ ਅਤੇ ਰੱਦ ਕਰਨ ਵਾਸਤੇ ਜਿਹੜਾ ਵਾ ਉਹ ਕਿਸਾਨਾਂ ਨਾਲ ਗੱਲਬਾਤ ਕਰਨੀ ਪਊਗੀ। ਚੱਬਾ ਸਾਹਿਬ, ਗਰਮੀ ਦਾ ਮੌਸਮ ਆ ਗਿਆ, ਪਹਿਲਾਂ ਸਿਆਲ ਸੀਗਾ, ਅੱਜ ਕੱਲ੍ਹ ਤੁਸੀਂ ਦਿੱਲੀ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ, ਕੀ ਪ੍ਰਬੰਧ ਕੀਤੇ ਹੋਏ ਨੇ? ਦੇਖੋ ਜੀ, ਜਿਵੇਂ ਸਿਆਲ ਦੇ ਅਸੀਂ ਪ੍ਰਬੰਧ ਕੀਤੇ ਸੀ, ਰਜਾਈਆਂ, ਤਲਾਈਆਂ, ਕੰਬਲ, ਗੱਦੇ, ਉੱਥੇ ਟਰਾਲੀਆਂ ਨੂੰ ਜਿਹੜਾ ਆਪਣੇ ਘਰ ਬਣਾਇਆ ਸੀਗਾ, ਹੁਣ ਅਸੀਂ ਉੱਥੇ ਸ਼ੈੱਡ ਬਣਾ ਕੇ, ਤੰਬੂ ਲਾ ਕੇ, ਪੂਰੀ ਤਰ੍ਹਾਂ ਪੱਖਿਆਂ ਦਾ ਪ੍ਰਬੰਧ, ਕੂਲਰਾਂ ਦਾ ਪ੍ਰਬੰਧ ਜਿਹੜਾ ਵਾ ਕਰ ਲਿਆ, ਮੱਛਰ ਦਾ ਜਿਹੜਾ ਵਾ ਜਾਲੀਆਂ ਦਾ ਪ੍ਰਬੰਧ ਕਰ ਲਿਆ, ਤਾਂ ਕਿ ਜੇ ਸਰਦੀ ਸਾਨੂੰ ਡੁਲਾ ਨਹੀਂ ਸਕੀ ਤਾਂ ਗਰਮੀ ਵੀ ਜਿਹੜੀ ਆ ਸਾਨੂੰ ਨਹੀਂ ਡੁਲਾ ਸਕਦੇ। ਅਸੀਂ ਗਰਮੀ ਦੇ ਵਿੱਚ ਵੀ ਆਪਣਾ ਜਿਹੜਾ ਸੰਘਰਸ਼ ਆ ਪੂਰੀ ਤਰ੍ਹਾਂ ਜਿਹੜਾ ਵਾ ਉਹ ਲੜਾਂਗੇ। ਜਦੋਂ ਕੇਂਦਰ ਸਰਕਾਰ ਕਹਿ ਰਹੀ ਹੈ ਕਿ 2 ਸਾਲ ਵਾਸਤੇ ਅਸੀਂ ਸਸਪੈਂਡ ਕਰ ਦਿੰਦੇ ਹਾਂ, ਕਿਸਾਨ ਕਿਉਂ ਨਹੀਂ ਮੰਨ ਰਹੇ?
वेखो जी असी किन्ने भी सस्पेंड करन दी सानू जिहड़ी आ बिल्कुल लोड़ नहीं। जदों सरकार जिहड़ी आ मन चुकी आ भी इहनां दे विच असी अमेंडमेंट कर देने आ, पूरा पूरे कानून नूं अमेंडमेंट कर देने, इक डब्बा रहिण दिओ, असी इहनां डब्बे दी लोड़ नहीं। इह कानून साडे वास्ते ते आम लोकां वास्ते घातक आ ते इहनूं पूरे दा पूरा तुसीं रद्द कर दिओ। तुसीं 2 सालां वास्ते क्यों मतलब इहनूं लागू कर रहे जो, जिथे जिथे भी इह जिहड़ा प्राइवेटाइजेशन दा काम होया वा, जिथे इक कानून इहो जिहा लागू होया मंडियां दा जिहड़ा प्राइवेट कीता गया वा, कारपोरेट घराने दा थाणी गया। अज बिहार ते यूपी दा हाल वेख लो, फसलां जिहड़ियां वा ਉਹ ਖੇਤਾਂ ਦੇ ਵਿੱਚ ਰੋਲ ਰਹੀਆਂ ਵਾ, ਕੋਈ ਵਪਾਰੀ ਖਰੀਦ ਨਹੀਂ ਰਿਹਾ, ਸਸਤੇ ਭਾਅ 'ਤੇ ਜਿਹੜਾ ਵਾ ਉਹ ਖਰੀਦ ਰਿਹਾ ਅਨਾਜ ਜਿਹੜਾ ਵਾ ਜ਼ਮੀਨਾਂ 'ਚ ਹੀ ਉੱਗ ਰਿਹਾ ਵਾ ਖੇਤਾਂ ਦੇ ਵਿੱਚ। ਜੇ ਕੋਈ ਵਪਾਰੀ ਖਰੀਦ ਵੀ ਲੈਂਦਾ ਤਾਂ ਉਹ ਆਪਣਾ ਕਣਕ ਝੋਨਾ ਫਸਲ ਜੋ ਵੀ ਆ ਖਰੀਦ ਕੇ ਜਾਂ ਜਾਲੀ ਚੱਕ ਦਿੰਦਾ ਜਾਂ ਉਹ ਫਰਾਰ ਹੋ ਜਾਂਦਾ ਅਤੇ ਕਿਸਾਨ ਉਹਦੇ ਮਗਰ ਤੁਰੇ ਫਿਰਦੇ ਆ। ਇਹ ਵਪਾਰੀਆਂ ਕੋਲ ਵੱਡੇ ਕਾਰਪੋਰੇਟਾਂ ਕੋਲ ਕਿੱਥੋਂ ਕਿਸਾਨ ਆਪਣਾ ਪੈਸਾ ਲੈ ਲੂਗਾ, ਬਿਲਕੁਲ ਇਹਦੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਹੋਣ ਵਾਲਾ। ਇਸ ਕਰਕੇ ਅਸੀਂ ਇਹਨੂੰ ਇਹਦੀ ਅਮੈਂਡਮੈਂਟ ਨੂੰ ਜਿਹੜਾ ਵਾ ਅਸੀਂ ਨਹੀਂ ਮੰਨਦੇ, ਅਸੀਂ ਪੂਰੇ ਕਾਨੂੰਨ ਹੀ ਜਿਹੜੇ ਆ ਉਹ ਰੱਦ ਕਰਨ ਦੀ ਜਿਹੜੀ ਆ ਸਾਡੀ ਮੰਗ ਹੈ। ਚੱਬਾ ਸਾਹਿਬ, ਕਣਕ ਦੀ ਖਰੀਦ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ 'ਤੇ ਵੀ ਲਗਾਤਾਰ ਜਿਹੜੇ ਆ ਸਵਾਲ ਉਠਾਏ ਜਾ ਰਹੇ, ਕੀ ਮਾਮਲਾ ਕੀ ਹੈ? ਵੇਖੋ ਜੀ, ਪੰਜਾਬ ਸਰਕਾਰ ਨੇ ਵੀ ਜਿਹੜਾ 1 ਤਰੀਕ ਤੋਂ 10 ਤਰੀਕ ਜਿਹੜੀ ਆ ਪਿੱਛੇ ਪਾ ਦਿੱਤੀ ਆ ਖਰੀਦ ਦਾ, ਅਤੇ ਉਹਦੇ ਵਿੱਚ ਉਹਨੂੰ ਜਿਹੜੀਆਂ ਬੇਲੋੜੀਆਂ ਸ਼ਰਤਾਂ ਲਾ ਕੇ ਅਤੇ ਜਿਹੜਾ ਜ਼ਮੀਨ ਦੀਆਂ ਜਮ੍ਹਾਂਬੰਦੀਆਂ ਫਰਦਾਂ ਜਿਹੜੀਆਂ ਉਹ ਮੰਗੀਆਂ ਜਾ ਰਹੀਆਂ ਨੇ। ਜਦਕਿ ਕਿਸਾਨ ਜਿਹੜਾ ਉਹ ਕੋਈ ਠੇਕੇ 'ਤੇ ਖੇਤੀ ਲੈ ਕੇ ਕਰ ਰਿਹਾ, ਕੋਈ ਪੰਚਾਇਤੀ ਜ਼ਮੀਨ ਨੂੰ ਜਿਹੜਾ ਠੇਕੇ 'ਤੇ ਲੈ ਕੇ ਕਰ ਰਿਹਾ, ਕੋਈ ਆਬਾਦ ਕਰ ਰਿਹਾ, ਉਹ ਆਪਣੀਆਂ ਜ਼ਮੀਨਾਂ ਦੀਆਂ ਜਮ੍ਹਾਂਬੰਦੀਆਂ ਕਿੱਥੋਂ ਦੇ ਦੇਣਗੇ? ਸਾਡੀ ਆਪਣੀ ਮਾਲਕੀ ਦੀ ਹੋਊਗੀ, ਕਿਉਂਕਿ ਇਸ ਖਰੀਦ ਤੋਂ ਭੱਜਣਾ ਵਾ ਸਰਕਾਰ ਨੇ, ਭੱਜਣ ਵਾਲੇ ਵੇਲੇ ਕਦਮ ਜਿਹੜਾ ਉਠਾਇਆ ਜਾ ਰਿਹਾ। ਇਸ ਕਰਕੇ ਅਸੀਂ ਜਿਹੜਾ ਵਾ ਬਿਲਕੁਲ ਇਹ ਜਮ੍ਹਾਂਬੰਦੀ ਜਿਹੜੀ ਆ ਨਹੀਂ ਦੇਵਾਂਗੇ। ਆਪਣੀ ਕਣਕ ਝੋਨਾ ਜਿਵੇਂ ਪਹਿਲਾਂ ਸਾਡਾ ਵਿਕਦਾ ਸੀਗਾ ਉਵੇਂ ਹੀ ਵਿਕਾਵਾਂਗੇ। ਇਹਦੇ ਵਾਸਤੇ ਸਾਨੂੰ ਘੋਲ ਵੀ ਇੱਕ ਵੱਡਾ ਕਰਨਾ ਪਿਆ ਅਤੇ ਜ਼ਰੂਰ ਅਸੀਂ ਕਰਾਂਗੇ। ਚੱਬਾ ਸਾਹਿਬ, ਪਿਛਲੇ ਦਿਨੀ ਮੀਂਹ ਕਾਫੀ ਪਿਆ ਸੀ, ਕਾਫੀ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਉਹ ਡਿੱਗ ਗਈਆਂ, ਕਿਵੇਂ ਵੇਖਦੇ ਹੋ ਤੁਸੀਂ? ਵੇਖੋ ਜੀ, ਜਿਹੜਾ ਮੀਂਹ ਪਿਆ ਵਾ, ਮੀਂਹ ਪੈਣ ਦੇ ਨਾਲ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦਾ ਬਹੁਤ ਵੱਡਾ ਜਿਹੜਾ ਵਾ ਨੁਕਸਾਨ ਹੋਇਆ ਵਾ। ਉਹਦੇ ਨਾਲ ਜਿਹੜਾ ਵਾ ਹਨੇਰੀ ਝੱਖੜ ਦੇ ਮੀਂਹ ਦੇ ਨਾਲ ਬਹੁਤ ਵੱਡਾ ਕਣਕ ਡਿੱਗਣ ਦੇ ਨਾਲ ਜਿਹੜਾ ਵਾ 50% ਜਿਹੜਾ ਵਾ ਦਾਣੇ ਦਾ ਨੁਕਸਾਨ ਹੋ ਗਿਆ। ਉਹਦੇ ਨਾਲ ਜਿਹੜਾ 4 ਕਿਸਾਨਾਂ ਦਾ ਘੱਟ ਗਿਆ, ਪਹਿਲੋਂ ਕਰਜ਼ੇ ਦੇ ਹੇਠ ਨਪੇੜਿਆ ਕਿਸਾਨ ਹੈ ਜਿਹੜਾ ਉਹ ਹੋਰ ਕਰਜ਼ਾ ਚੜ ਜੂਗਾ। ਪੰਜਾਬ ਸਰਕਾਰ ਨੂੰ ਵਿਸ਼ੇਸ਼ ਗਿਰਦਾਵਰੀ ਦੇਣ ਦਾ ਜਿਹੜਾ ਵਾ ਹੁਕਮ ਕਰਨੇ ਚਾਹੀਦੇ ਸੀਗੇ ਅਤੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹਦਾ ਜਿਹੜਾ ਮੁਆਵਜ਼ਾ ਦੇ ਕੇ ਉਹਦੀ ਭਰਪਾਈ ਕਰਨ ਦਾ ਜਿਹੜਾ ਵਾ ਬਣਦਾ ਹੈ, ਪਰ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਕੋਈ ਇਹਦੇ ਵੱਲ ਜਿਹੜਾ ਉਹ ਧਿਆਨ ਨਹੀਂ ਦਿੱਤਾ ਗਿਆ।